ਜੇ ਮੁੱਦਾ ਕਿਸਾਨਾਂ ਦੀ ਕੁਰਕੀ ਦਿਆ ਹੈ ਤੇ ਇਸ ਕੁਰਕੀ ਤੇ ਕ੍ਰੈਡਿਟ ਲੈਣ ਦੀ ਫੁਰਤੀ ਹਰ ਸਿਆਸੀ ਪਾਰਟੀ ਦਿਖਾ ਰਹੀ ਹੈ ਪਰ ਇਸ ਵਿਚਾਲੇ ਕਿਸਾਨਾਂ ਦੀ ਸਾਰ ਕਦੋਂ ਲਈ ਜਾਏਗੀ ਇੱਕ ਵੱਡਾ ਸਵਾਲ ਹੈ ਇਸ ਸਭ ਦੇ ਵਿਚਾਲੇ ਸਵਾਲ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਚੁੱਕੇ ਨੇ ਬਠਿੰਡਾ 'ਚ ਪੰਜਾਬੀ ਫਿਲਮ ਦੇਖਣ ਪਹੁੰਚੇ ਸੁਖਬੀਰ ਬਾਦਲ ਨੇ ਸੂਬਾ ਸਰਕਾਰ ਦੇ ਉਸ ਫੈਸਲੇ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਿਸ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਕੁਰਕੀ ਖਤਮ ਕਰਨ ਦਾ ਫੈਸਲਾ ਲਿਆ ਗਿਆ ਸੀ ਬੁੱਧਵਾਰ ਨੂੰ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਬਠਿੰਡਾ 'ਚ ਸੀ ਜਿੱਥੇ ਉਹਨਾਂ ਨੇ ਪੰਜਾਬੀ ਫਿਲਮ ਸਾਬ ਬਹਾਦਰ ਦੇਖੀ ਸੁਖਬੀਰ ਬਾਦਲ ਆਪਣੇ ਦੋਸਤਾਂ ਦੇ ਨਾਲ ਫਿਲਮ ਦੇਖਣ ਪਹੁੰਚੇ ਸੀ ਕੈਂ ਬਹੁਤ ਵਧੀਆ ਪਿਕਚਰ ਹੈ ਤੇ ਜੀ ਗੀਤ ਪਿਕਚਰ ਦੇਖਣ ਦਾ ਸੋ ਅਸੀਂ ਮੈਂ ਤੇ ਸਾਰੇ ਅਸੀਂ ਆਪਣੇ ਸਾਥੀ ਇਕੱਠੇ ਹੋ ਗਏ ਸੀ ਤੇ ਇਸ ਮੌਕੇ ਸੁਖਬੀਰ ਬਾਦਲ ਪੰਜਾਬ ਸਰਕਾਰ ਨੂੰ ਘੇਰਨਾ ਨਹੀਂ ਭੁੱਲੇ ਤੇ ਕੈਪਟਨ ਕੈਬਨਿਟ ਦੇ ਉਸ ਫੈਸਲੇ ਤੇ ਸੁਖਬੀਰ ਬਾਦਲ ਨੇ ਸਵਾਲ ਚੁੱਕੇ ਨੇ ਜਿਸ 'ਚ ਕੈਪਟਨ ਸਰਕਾਰ ਨੇ ਪੰਜਾਬ ਖੇਤੀਬਾੜੀ ਉਤਪਾਦਨ ਮੰਡੀ ਐਕਟ ਦੀ ਧਾਰਾ 67A ਨੂੰ ਖਤਮ ਕਰਨ ਦਾ ਫੈਸਲਾ ਲੈ ਕੇ ਕਿਸਾਨਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸ ਫੈਸਲੇ ਦੇ ਤਹਿਤ ਹੁਣ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਨਹੀਂ ਹੋ ਸਕਦੀ ਪਰ ਸੁਖਬੀਰ ਬਾਦਲ ਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਧੋਖਾ ਕਰ ਰਹੀ ਹੈ ਇੱਕ ਝੂਠਾ ਵਾਅਦਾ ਕੀਤਾ ਉਹਨਾਂ ਨੇ ਕਿਹਾ ਸੀ ਸਾਰੇ ਪੰਜਾਬ ਦੇ ਸਾਰੇ ਕਰਜ਼ਿਆਂ ਦੇ ਵਿੱਚ ਨਿਲਾਮੀ ਬੰਦ ਹੋਊਗੀ ਆਹ ਇਕੱਲੇ 5% ਕਰਜ਼ਿਆਂ ਦੇ ਨਿਲਾਮੀ ਬੰਦ ਹੋਈ ਹੈ ਬਾਕੀ 95% ਬੈਂਕ ਲੋਨ ਤੇ ਹੋਰ ਇੰਸਟੀਟਿਊਸ਼ਨ ਲੋਨ ਤੇ ਸਾਰਿਆਂ ਤੇ ਆੜਤੀਆਂ ਲਾਉਣਗੀਆਂ ਜਿੱਥੇ ਦੇਣਗੇ ਉਹਦੇ ਹਲੇ ਵੀ ਉਹ ਤਾਰਾ ਹੈਗੀ ਸੁਖਬੀਰ ਬਾਦਲ ਕੈਪਟਨ ਸਰਕਾਰ ਤੇ ਸ਼ੁਰੂ ਤੋਂ ਹੀ ਨਿਸ਼ਾਨਾ ਸਾਧਦੇ ਰਹੇ ਨੇ ਇਸ ਤੋਂ ਪਹਿਲਾਂ ਉਹਨਾਂ ਨੇ ਕਾਂਗਰਸ ਸਰਕਾਰ ਤੇ SGPC ਦੀ ਜ਼ਮੀਨ ਤੇ ਕਬਜ਼ਾ ਕਰਨ ਦੇ ਇਲਜ਼ਾਮ ਲਗਾਏ ਸੀ ਪਰ ਹੁਣ ਕਿਸਾਨਾਂ ਦੇ ਮੁੱਦੇ ਤੇ ਕਾਂਗਰਸ ਦੀ ਨੀਤੀ ਤੇ ਸਵਾਲ ਚੁੱਕ ਰਹੇ ਨੇ ਬਠਿੰਡਾ ਤੋਂ ਗੋਬਿੰਦ ਸੈਣੀ ਦੇ ਨਾਲ ਬਿਊਰੋ ਰਿਪੋਰਟ ਸੀ ਮੀਡੀਆ